ਆਨਵਲੀ ਪੰਜਾਬੀ ਫਿਲਮ ਵਰਨਿੰਗ 2 ਦੇ ਵਿੱਚੋਂ ਨਵਾਂ ਪੋਸਟਰ ਹੋਇਆ ਰਿਲੀਜ਼ ਪ੍ਰਿੰਸ ਕਵਲਜੀਤ ਸਿੰਘ ਦੀ ਨਵੀਂ ਲੁੱਕ ਕੀਤੀ ਗਈ ਰਿਵੀਲ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਵਰਨਿੰਗ ਵੈਬ ਸੀਰੀਜ਼ ਤੇ ਵਰਨਿੰਗ ਫਿਲਮ ਦੇ ਵਿੱਚ ਪੰਮਾ ਦਾ ਕਿਰਦਾਰ ਕਾਫੀ ਆਈਕੋਨਿਕ ਰਿਹਾ ਤੇ ਇਹ ਕਿਰਦਾਰ ਪਲੇ ਕੀਤਾ ਵਨ ਐਂਡ ਓਨਲੀ ਪ੍ਰਿੰਸ ਕਵਲਜੀਤ ਸਿੰਘ ਨੇ ਤੇ ਹੁਣ ਵਰਨਿੰਗ 2 ਦੇ ਵਿੱਚੋਂ ਵੀ ਪ੍ਰਿੰਸ ਕਵਲਜੀਤ ਸਿੰਘ ਦਾ ਇੱਕ ਨਵਾਂ ਪੋਸਟਰ ਰਿਵੀਲ ਕੀਤਾ ਗਿਆ ਜਿਸ ਦੇ ਵਿੱਚ ਪ੍ਰਿੰਸ ਕਵਲਜੀਤ ਸਿੰਘ ਦੀ ਲੁੱਕ ਐਜ਼ ਪੰਮਾ ਰਿਲੀਜ਼ ਕੀਤੀ ਗਈ ਹੈ ਦੱਸਦੀ ਹੈ ਕਿ ਇਸ ਲੁੱਕ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੂੰ ਹੋਰ ਵੀ ਜ਼ਿਆਦਾ ਐਕਸਾਈਟਮੈਂਟ ਹੋ ਚੁੱਕੀ ਹੈ ਇਸ ਫਿਲਮ ਨੂੰ ਵੇਖਣ ਦੀ ਕਿਉਂਕਿ ਲੋਕਾਂ ਨੂੰ ਪੰਮੇ ਦਾ ਕਿਰਦਾਰ ਕਾਫੀ ਜ਼ਿਆਦਾ ਪਸੰਦ ਹੈ ਸੋ ਫਾਈਨਲੀ ਹੁਣ ਇੱਕ ਨਵੇਂ ਪੋਸਟਰ ਦੇ ਨਾਲ ਦਰਸ਼ਕਾਂ ਨੂੰ ਹੋਰ ਵੀ ਜ਼ਿਆਦਾ ਐਕਸਾਈਟਡ ਕਰ ਦਿੱਤਾ ਗਿਆ ਹੈ ਫਿਲਮ ਦੇ ਮੇਕਰਸ ਦੇ ਵੱਲੋਂ ਫਿਲਮ ਦੇ ਬਾਕੀ ਸਾਰੇ ਆਰਟਿਸਟਸ ਦੀਆਂ ਵੀ ਵੱਖ-ਵੱਖ ਕਰਕੇ ਪੋਸਟਰਸ ਦੇ ਰਾਹੀਂ ਲੁੱਕਸ ਰਿਵੀਲ ਕਰ ਦਿੱਤੀਆਂ ਗਈਆਂ ਨੇ ਤੇ ਹੁਣ ਪ੍ਰਿੰਸ ਕਵਲਜੀਤ ਸਿੰਘ ਵਾਲਾ ਪੋਸਟਰ ਵੀ ਸਾਹਮਣੇ ਆਇਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਬੇਸ਼ੁਮਾਰ ਪਿਆਰ ਮਿਲ ਰਿਹਾ ਇਸ ਫਿਲਮ ਦੇ ਕ੍ਰੈਡਿਟਸ ਦੀ ਗੱਲ ਕਰੀਏ ਤੇ ਸਾਨੂੰ ਵਰਨਿੰਗ ਫਿਲਮ ਦੇ ਵਿੱਚ ਕਈ ਸਾਰੇ ਵੱਡੇ ਆਰਟਿਸਟ ਨਜ਼ਰ ਆਉਣ ਵਾਲੇ ਨੇ ਫਿਲਮ ਦੇ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਨੇ ਗਿੱਪੀ ਗਰੇਵਾਲ ਤੇ ਇਸ ਦੇ ਨਾਲ ਹੀ ਸਾਨੂੰ ਇਸ ਫਿਲਮ ਦੇ ਵਿੱਚ ਜੈਸਮਿਨ ਬਸੇਨ ਉਹਨਾਂ ਦੇ ਆਪੋਜ਼ਿਟ ਨਜ਼ਰ ਆਉਣਗੇ ਤੇ ਨਾਲ ਹੀ ਫਿਲਮ ਦੇ ਵਿੱਚ ਨਜ਼ਰ ਆਉਣਗੇ ਰਾਹੁਲ ਦੇਵ ਤੇ ਉਹਨਾਂ ਦੇ ਨਾਲ ਹੀ ਪ੍ਰਿੰਸ ਕਵਲਜੀਤ ਸਿੰਘ ਰਗਵੀਰ ਬੋਲੀ ਦਿਰਜ ਕੁਮਾਰ ਰਾਜ ਸਿੰਘ ਚਿੰਜਰ ਦਿਦਾਰ ਗਿੱਲ ਸਰਦਾਰ ਸੋਹੀ ਹੌਬੀ ਟਾਲੀਵਾਲ ਸੀਮਾ ਕੌਸ਼ਲ ਰੁਪਿੰਦਰ ਰੂਪੀ ਪਰਦੀਪ ਚੀਮਾ ਤੇ ਹੋਰ ਕਈ ਸਾਰੇ ਆਰਟਿਸਟ ਫੰਡੀ ਵਿੱਚ ਆਨਵਾਲੇ ਨੀ ਨਜ਼ਰ ਮੁੱਖ ਭੂਮਿਕਾ ਨਿਭਾਉਂਦੇ ਹੋਏ ਦੱਸ ਦਈਏ ਕਿ ਵਰਨਿੰਗ 2 ਨੂੰ ਡਾਇਰੈਕਟ ਅਮਰ ਹੁੰਦਲ ਦੇ ਵੱਲੋਂ ਕੀਤਾ ਗਿਆ ਜਿਨ੍ਹਾਂ ਨੇ ਵਰਨਿੰਗ ਵੈਬ ਸੀਰੀਜ਼ ਤੇ ਵਰਨਿੰਗ ਫਿਲਮ ਨੂੰ ਵੀ ਡਾਇਰੈਕਟ ਕੀਤਾ ਸੀ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਗਿੱਪੀ ਗਰੇਵਾਲ ਵਿਕਰਮ ਮਹਿਰਾ ਸਧਾਰਤ ਆਨੰਦ ਕੁਮਾਰ ਨੇ ਇਸ ਫਿਲਮ ਦੇ ਕੋ-ਪ੍ਰੋਡਿਊਸਰ ਨੇ ਪਾਨਾ ਲੇ ਵਿਨੋਦਾ ਸਵਾਲ ਤੇ ਸਾਹਿਲ ਸ਼ਰਮਾ ਐਗਜ਼ੀਕਿਊਟਿਵ ਪ੍ਰੋਡਿਊਸਰ ਨੇ ਹਰਦੀਪ ਦੁੱਲਤ ਇਸ ਫਿਲਮ ਦੇ ਡੀਓਪੀ ਨੇ ਬਲਜੀਤ ਸਿੰਘ ਡੀਓ ਦੱਸ ਦਈਏ ਕਿ ਇਸ ਸੰਦੀ ਕਹਾਣੀ ਨੂੰ ਵਨ ਐਂਡ ਓਨਲੀ ਗਿੱਪੀ ਗਰੇਵਾਲ ਦੇ ਵੱਲੋਂ ਲਿਖਿਆ ਗਿਆ ਯਾਨੀ ਕਿ ਗਿੱਪੀ ਗਰੇਵਾਲ ਫਿਲਮ ਦੇ ਰਾਈਟਰ ਨੇ ਐਕਟਰ ਨੇ ਤੇ ਪ੍ਰੋਡਿਊਸਰ ਵੀ ਨੇ ਇਸੇ ਨਾਲ ਹੀ ਦੱਸ ਦਈਏ ਕਿ ਫਿਲਮ ਨੂੰ ਪ੍ਰੈਜ਼ੈਂਟ ਕਰਨੇ ਹੰਬਲ 모ਸ਼ਨ ਪਿਕਚਰਸ ਐਂਡ ਸਾਰੇ ਗਾਮਾ ਯਾਨੀ ਕਿ ਹੰਬਲ 모ਸ਼ਨ ਪਿਕਚਰਸ ਐਂਡ ਸਾਰੇ ਗਾਮਾ ਦੇ ਬੈਨਰ ਹੇਟ ਰਿਲੀਜ਼ ਹੋ ਰਹੀ ਹੈ ਫਿਲਮ ਵਰਨਿੰਗ 2 ਸੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਮੈਂਟ ਏਰੀਆ ਚ ਜ਼ਰੂਰ ਦੱਸਿਓ ਫਿਲਮ ਦਾ ਟੀਜ਼ਰ ਆਲਰੇਡੀ ਰਿਲੀਜ਼ ਹੋ ਚੁੱਕਿਆ ਹੈ ਤੇ ਕੱਲ ਨੂੰ ਯਾਨੀ ਕਿ ਲੋਹੜੀ ਵਾਲੇ ਦਿਨ ਫਿਲਮ ਦਾ ਟ੍ਰੇਲਰ ਵੀ ਸਾਡੇ ਸਾਹਮਣੇ ਆਉਣ ਵਾਲਾ ਹੈ ਫਿਲਮ ਦੇ ਵਿੱਚੋਂ ਇੱਕ ਗੀਤ ਚੰਨ ਵੀ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਹੈਪੀ ਰਾਏ ਕੋਟੀ ਨੇ ਆਵਾਜ਼ ਦਿੱਤੀ ਹੈ ਤੇ ਲਿਰਿਕਸ ਵੀ ਉਹਨਾਂ ਦੇ ਨੇ ਹੁਣ ਆਉਣ ਵਾਲੇ ਸਮੇਂ ਚ ਟ੍ਰੇਲਰ ਲਈ ਤੇ ਫਿਲਮ ਲਈ ਕਿੰਨਾ ਐਕਸਾਈਟਡ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਫਿਲਮ 2 ਫਰਵਰੀ 2024 ਨੂੰ ਸਿਨੇਮਾ ਘਰਾਂ 'ਚ ਦਸਤਕ ਦੇਣ ਲਈ ਬਿਲਕੁਲ ਰੈਡੀ ਹੈ ਕਿੰਨਾ ਐਕਸਾਈਟਡ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਨਾ ਹੀ ਪੋਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ